ਪੰਜਾਬੀਆਂ ਪਿਛਲੇ ਦਿਨਾਂ 'ਚ ਵੀ ਮਿਲੀਆਂ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੇ ਫਾਰਮਾਸਿਊਟੀਕਲ ਡਰੱਗ ਹੈ ਗੋਲੀਆਂ ਅਤੇ ਇੰਜੈਕਸ਼ਨ ਵਗੈਰਾ ਕਾਫੀ ਫੜੇ ਗਏ ਉਸੇ ਸਿਲਸਿਲੇ ਦੇ ਵਿੱਚ ਉਸੇ ਲੜੀ ਦੇ ਵਿੱਚ ਇੱਕ ਕੇਸ ਦੇ ਵਿੱਚ ਅਸੀਂ ਦੋ ਸਮਗਲਰ ਫੜੇ ਉਹਨਾਂ ਦੇ ਬੈਕਵਰਡ ਲਿੰਕੇਜਸ ਦੇ ਵਿੱਚ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਔਰ ਬੜੀ ਵਧੀਆ ਰਹਿਨੁਮਾਈ ਕਰਦੇ ਹੋਏ ਡਾਕਟਰ ਰਵਜੋਤ ਕੌਰ ਗਰੇਵਾਲ SSP ਫਤਿਹਗੜ੍ਹ ਸਾਹਿਬ ਨੇ ਆਪਣੀ ਪਰਸਨਲ ਸੁਪਰਵੀਜ਼ਨ 'ਚ ਉਹਨੂੰ ਇਨਵੈਸਟੀਗੇਟ ਕੀਤਾ ਔਰ ਉਹਦੇ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਮੇਰੇ ਖਿਆਲ ਐਡਾ ਵੱਡਾ ਹੌਲ ਮਤਲਬ ਜਿਹੜਾ ਬਰਾਮਦਗੀ ਹੈ ਪੰਜਾਬ ਦੇ ਪਿਛਲੇ ਕਾਫੀ ਟਾਈਮ ਤੋਂ ਨਹੀਂ ਹੋਈ ਔਰ ਇਹ ਵਨ ਆਫ ਦਾ ਬਿਗੈਸਟ ਹੌਲਸ ਹੈ। ਉਹਦੇ 'ਚ ਸਹਾਰਨਪੁਰ ਤੋਂ ਜਿਹੜਾ ਉਹਦਾ ਮੇਨ ਕਿੰਗ ਪਿੰਨ ਹੈਗਾ ਇਹਦੇ 'ਚ ਆਸ਼ੀਸ਼ ਵਿਸ਼ਕਰਮਾ ਨਾਮ ਦਾ ਜਿਹੜਾ ਸਮਗਲਰ ਹੈ ਔਰ ਸਪਲਾਇਰ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਔਰ ਉਹਦੀ ਗ੍ਰਿਫਤਾਰੀ ਤੋਂ ਬਾਅਦ ਉਹਦਾ ਗੋਦਾਮ ਜਿਹੜਾ ਸਹਾਰਨਪੁਰ ਦੇ ਵਿੱਚ ਉਹ ਸੀਜ਼ ਕੀਤਾ ਔਰ ਉੱਥੋਂ ਜਿਹੜੀ ਰਿਕਵਰੀ ਹੋਈ ਹੈ ਉਹ ਟੋਟਲ ਰਿਕਵਰੀ ਹੈਗੀ ਹੈ ਕੈਪਸੂਲਸ ਅਤੇ ਗੋਲੀਆਂ 671,590 ਔਰ ਜਿਹੜੇ ਟੀਕੇ ਨੇ ਇੰਜੈਕਸ਼ਨਸ ਉਹ ਹੈਗੇ 38,325। ਸੋ ਇਹ ਬਹੁਤ ਵੱਡਾ ਇੱਕ ਕਾਟਲ ਜਿਹੜਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਨੈਕਸਸ ਇੰਟਰ ਸਟੇਟ ਚੱਲ ਰਿਹਾ ਸੀ ਜੋ ਕਿ ਪੰਜਾਬ ਦੇ ਵਿੱਚ ਡਰੱਗਸ ਜਿਹੜੀਆਂ ਉਹ ਭੇਜੀਆਂ ਜਾ ਰਹੀਆਂ ਸੀਗੀਆਂ ਲਗਾਤਾਰ 5 ਸਾਲ ਤੋਂ ਔਰ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਸਪਲਾਈ ਹੋ ਚੁੱਕੀ ਹੈ। ਟੇਕ ਵਨ ਅਬ ਆਪਕੇ ਵਟਸਐਪ ਪਰ ਵਟਸਐਪ ਕਰੀਏ ਹਾਈ 972825366 3 ਪਰ।